ਲੈ ਮੈਂ ਇੱਥੇ ਬੈਠ ਗਿਆ ਘੰਟਾ ਘਰ ਦੇ ਕੋਲ ਸ਼ੇਰੀ ਆਪਣੇ ਯਾਰ ਦੋਸਤ ਹੀ ਹੈ ਕਈ ਵਾਰ ਆ ਕੇ ਖਲੋ ਜੀਦਾ ਵਾ ਪ੍ਰਧਾਨ ਵੀ ਨੇ ਇਹ ਮੈਂ ਸ਼ੇਰੀ ਬਾਜ਼ਾਰ ਚੋਂ ਆਇਆ ਲੰਘ ਕੇ ਹਾਂਜੀ ਉੱਥੇ ਦੇਖਿਆ ਵੀ ਲੋਕੀ ਨੇ ਦੁਕਾਨਾਂ ਰੈਨੋਵੇਟ ਕਰ ਰਹੇ ਨੇ ਬਹਿ ਜਾ ਨਾਲੇ ਗੱਲ ਆਪਾਂ ਗੱਲਬਾਤ ਤੁਹਾਨੂੰ ਦੱਸਦਾ ਪਿਆ ਮੈਂ ਦੁਕਾਨਾਂ ਨਾ ਰੈਨੋਵੇਟ ਕਰ ਰਹੇ ਨੇ ਜੀ ਜਦ ਕਿ ਰੈਨੋਵੇਟ ਕਰਨ ਤੋਂ ਪਹਿਲੇ ਪਰਮਿਸ਼ਨ ਲੈਣੀ ਪੈਂਦੀ ਹੈ ਸਰਕਾਰ ਤੋਂ ਨਕਸ਼ਾ ਪਾਸ ਕਰਨਾ ਪੈਂਦਾ ਵਾ 20 ਗਜ 25 ਗਜ 30 ਗਜ 40 ਗਜ ਦੀਆਂ ਦੁਕਾਨਾਂ ਛੋਟੀਆਂ ਛੋਟੀਆਂ ਹਾਂਜੀ ਹਾਂਜੀ ਪਰ ਉਹ ਜਿੰਨੇ ਵੀ ਬੰਦੀਆਂ ਪੈਂਦੀਆਂ ਦੁਕਾਨਾਂ ਉਹ ਕਿਸੇ ਕਾਉਂਸਲਰ ਦੀ ਕਿਸੇ ਏਜੰਟ ਦੇ ਕਿਸੇ ਟਾਊਟ ਦੇ ਕਿਸੇ ਸਪਾਰਸ ਦੇ ਕਿਸੇ ਐਮਐਲਏ ਦੇ ਕਹਿਣ ਦੇ ਬੰਦੀਆਂ ਪਈਆਂ ਨੇ ਪੈਸੇ ਤਾਂ ਲੈਂਦੇ ਨੇ ਉਹ ਲੋਕ ਜੇ ਟਾਊਟ ਹੁੰਦੇ ਏਜੰਟ ਹੁੰਦੇ ਹੈਗੇ ਆ ਪਰ ਕਾਨੂੰਨ ਕਿੱਥੇ ਆ ਕਾਨੂੰਨ ਕੋਲ ਤਾਂ ਪੈਸਾ ਜਾਂਦਾ ਨਹੀਂ ਸਰਕਾਰ ਕੋਲ ਇਹ ਜੀ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਰੀ ਦੀ ਸਾਰੀ ਤਾਣੀ ਵਿਗੜੀ ਹੋਈ ਆ ਚਾਹੇ ਆਪਾਂ ਕਿਸੇ ਦਾ ਕਲਰਕ ਦਾ ਨੁਕਸ ਕੱਢ ਦਈਏ ਚਾਹੇ ਇੰਸਪੈਕਟਰ ਦਾ ਚਾਹੇ ਉਸ ਤੋਂ ਉੱਪਰ ਸੁਪਰਡੈਂਟ ਦਾ ਉਸ ਤੋਂ ਉੱਪਰ ਕਮਿਸ਼ਨਰ ਸਾਹਿਬ ਦਾ ਜਿਹਦਾ ਮਰਜ਼ੀ ਚਾਹੇ ਉਹ ਪੁਲਿਸ ਵਾਲੇ ਹੋਣ ਚਾਹੇ ਕਾਰਪੋਰੇਸ਼ਨ ਵਾਲੇ ਹੋਣ ਜਿੰਨੇ ਵੀ ਮੁਲਾਜ਼ਮ ਹੈ ਮਹਿਕਮਾ ਮੈਂ ਲੀਡਰ ਹੈ ਨੁਕਸ ਸਾਰਿਆਂ ਦਾ ਹੀ ਆ ਵਿੱਚੇ ਹੀ ਅਸੀਂ ਵੀ ਹਾਂ ਅਸੀਂ ਵੀ ਕਹਿੰਦੇ ਹਾਂ ਅਸੀਂ ਪੈਸੇ ਬਚਾ ਲਈਏ ਕੱਲ੍ਹ ਨੂੰ ਦੁਕਾਨ ਬਣਾਉਣਾ ਘਰ ਬਣਾਉਣਾ ਲੈਂਟਰ ਪਾਉਣਾ ਇੱਕ ਤਾਂ ਜਿਹੜੀਆਂ ਸਰਕਾਰਾਂ ਨੇ ਜਿਹੜੇ ਨਕਸ਼ਿਆਂ ਵਾਲਾ ਕੰਮ ਹੈ ਨਾ ਬੜਾ ਕੰਪਲੀਕੇਟਿਡ ਕੀਤਾ ਹੋਇਆ ਵਾ ਜੇ ਅਸੀਂ ਹੁਣ ਮੈਂ ਆਪਣੇ ਮਕਾਨ ਦਾ ਨਕਸ਼ਾ ਬਣਾਉਣ ਮੈਂ ਚਲਾ ਜਾਣਾ ਕਾਰਪੋਰੇਸ਼ਨ ਬੜਾ ਮੁਸ਼ਕਿਲ ਪ੍ਰੋਸੈਸ ਆ ਉਹ ਨਵਾਂ ਪਲਾਟ ਕੋਈ ਲੈਂਦਾ ਕਹਿੰਦੇ 900 ਰੁਪਏ 800 ਸਾਢੇ 883 ਰੁਪਏ ਜੀ ਜੀ ਉਹਦੀ ਉਹ ਹੈਗੇ ਡਿਵੈਲਪਮੈਂਟ ਚਾਰਜ ਹੈਗੇ ਆ 1000 ਰੁਪਏ ਦਾ ਵਿਚਾਰਾ ਉਹ ਦੇਊਗਾ 100 ਗਜ ਦਾ ਪਲਾਟ ਦਾ 1 ਲੱਖ ਰੁਪਏ ਦਾ ਲੈ ਕੇ ਸਰਕਾਰ ਬਿਲਕੁਲ ਬਿਲਕੁਲ ਇਦਾਂ ਹੀ ਹੈ ਨਾ ਉਹਦੇ ਉਹੀ ਬਚਾਨ ਕਰਕੇ ਨਾ ਲੋਕ ਕੀ ਕਹਿੰਦੇ ਵੀ 1 ਲੱਖ ਰੁਪਇਆ ਬਚਾਨ ਕਰਕੇ ਅਸੀਂ 10-20 ਹਜ਼ਾਰ ਰੁਪਇਆ ਕਿਸੇ ਨੂੰ ਦੇ ਕੇ ਕੰਮ ਕਰਾ ਲਈਏ ਜਿਹੜੇ ਬੰਦੇ ਇਹ ਨਹੀਂ ਹੁਣ ਕਈ ਲੀਡਰਾਂ ਦੇ ਫਿਰ ਜਿੰਦਾਬਾਦ ਮੁਰਦਾਬਾਦ ਕਰਦੇ ਉਹਨਾਂ ਦੇ ਮਗਰ ਮਗਰ ਵੋਟਾਂ ਵੇਲੇ ਉਹਨਾਂ ਦੇ ਨਾਲ ਕੈਂਪੇਨਿੰਗ ਕਰਦੇ ਉਹਨਾਂ ਦੇ ਕੰਮ ਫ੍ਰੀ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਫਿਰ ਉਸ ਹਿਸਾਬ ਨਾਲ ਕਿਤੇ ਨਾ ਕਿਤੇ ਦੇਖੋ ਪੇ ਕਰਨਾ ਹੀ ਪੈਂਦਾ ਤੇ ਫਿਰ ਜਿਹੜੇ ਇੰਸਪੈਕਟਰ ਹੈਗੇ ਆ ਜਾਂ ਕੋਈ ਏਟੀਪੀ ਵਗੈਰਾ ਉਹ ਕਹਿੰਦੇ ਯਾਰ ਅਸੀਂ ਕਰੀਏ ਬਿਲਡਿੰਗ ਇੰਸਪੈਕਟਰ ਚਾਰ ਕੰਮ ਫ੍ਰੀ ਕਰਾ ਲੈਂਦੇ ਆ ਦੋ ਆਪਣੇ ਵੀ ਕਰ ਲੈਂਦੇ ਆ ਤੇ ਦੋ ਸਰਕਾਰੀ ਕਰ ਦਿੰਦੇ ਆ ਸਾਰੇ ਯਾਨੀ ਕਿ ਹਾਂਜੀ ਹਾਂਜੀ ਰਲ ਮਿਲ ਕੇ ਚੱਲੀ ਜਾਂਦਾ ਇਦਾਂ ਨਾ ਦੇਖੋ ਕੁਛ ਨਾ ਕੁਛ ਜਿਹੜਾ ਤੇ ਹੋ ਗਿਆ ਗਰੀਬ ਬੰਦਾ ਉਹਦਾ ਚਲਾਨ ਜਿਵੇਂ ਕੱਟਿਆ ਜਾਂਦਾ ਪੁਲਜੀ ਦੇ ਕੋਲ ਫੋਨ ਨਹੀਂ ਹੈਗਾ ਟ੍ਰੈਫਿਕ ਪੁਲਿਸ ਉਹਦਾ ਚਲਾਨ ਕੱਟ ਦਿੰਦੀ ਆ ਤੇ ਜੇ ਕਿਸੇ ਕੋਲ ਫੋਨ ਹੈਗਾ ਕਿਸੇ ਅਫਸਰ ਦਾ ਕਿਸੇ ਐਮਐਲਏ ਦਾ ਜਾਂ ਕਿਸੇ ਵੀ ਬੰਦੇ ਦਾ ਅਗਲਾ ਕਹਿੰਦਾ ਲਓ ਗੱਲ ਕਰ ਲਓ ਜੀ ਉਹਦਾ ਚਲਾਨ ਬਚ ਜਾਂਦਾ ਇਦਾਂ ਹੀ ਕਾਰਪੋਰੇਸ਼ਨ ਦੀ ਗੱਲ ਹੈ ਤੇ ਜੇ ਤਾਂ ਉਹਦੇ ਕਿਸੇ ਦਾ ਸ਼ੈਲਟਰ ਹੈਗਾ ਕਿਸੇ ਐਮਐਲਏ ਦਾ ਕਿਸੇ ਲੀਡਰ ਦਾ ਕਿਸੇ ਵੀ ਬੰਦੇ ਦਾ ਤੇ ਜੇ ਨਹੀਂ ਜੀ ਉਹਦੀ ਜੇਬ 'ਚ ਪੈਸੇ ਹੈਗੇ ਹੁਣ ਉਹਦਾ ਸ਼ੈਲਟਰ ਗਾਂਧੀ ਦਾ ਵੀ ਬਹੁਤ ਹੁੰਦਾ ਤਕੜਾ ਸ਼ੈਲਟਰ ਬਿਲਕੁਲ ਬਿਲਕੁਲ ਗਾਂਧੀ ਦਾ ਭਾਈ ਪੂਰਾ ਸਲੂਟ ਭਾਈ ਦਾ ਗਾਂਧੀ ਦਾ ਬਿਲਕੁਲ ਜੀ ਬਿਲਕੁਲ ਗਾਂਧੀ ਤੁਸੀਂ ਲੈ ਕੇ ਜਾਓ ਕਿਸੇ ਦਫ਼ਤਰ 'ਚ ਤੁਹਾਨੂੰ ਚਾਹ ਪਲਾਣਗੇ ਬਿਲਕੁਲ ਬਿਲਕੁਲ ਹੈ ਵੀ ਸ਼ਾਮੀ ਆ ਗਈ ਹਾਂਜੀ ਆਹ ਦੇਖੋ ਚਾਹ ਆ ਗਈ ਤੁਸੀਂ ਕਿ ਚਾਹ ਆ ਗਈ ਚਾਹ ਵੀ ਕਾਕਾ ਚਾਹ ਵੀ ਲਿਆ ਇਧਰ ਹਾਂ ਤੁਸੀਂ ਚਾਹ ਦਾ ਨਾਮ ਲਿੱਤਾ ਚਾਹ ਵੀ ਆ ਗਈ ਚਾਹ ਵੀ ਪੀਨੇ ਭਾਈ ਇੱਥੇ ਹੀ ਅਸੀਂ ਮੰਗ ਮੰਗ ਕੇ ਚਾਹ ਪੀ ਲਈਦੀ ਆ ਨਹੀਂ ਪਿਆਰ ਨਾਲ ਮੰਗ ਪਿਆਰ ਲੋੜ ਨਹੀਂ ਪੈਂਦੀ ਕੋਈ ਗੱਲ ਨਹੀਂ ਤਾਂ ਮੈਂ ਕਿਹਾ ਯਾਰ ਕਹਿਣਾ ਹੀ ਹੁੰਦਾ ਇਹ ਤਾਂ ਪਿਆਰ ਦੀ ਗੱਲ ਹੈ ਪਿਆਰ ਦੀ ਆ ਮੰਗਣ ਤਾਂ ਆਪਾਂ ਅੱਛਾ ਗੱਲ ਪਤਾ ਕੀ ਹੈ ਕਿ ਮੈਂ ਸਾਰਾ ਬਾਜ਼ਾਰ ਦੇਖਿਆ ਮੈਂ ਭਗਵੰਤ ਮਾਨ ਨੂੰ ਕਹਿੰਦਾ ਨਾ ਕਰਸ਼ਮਾ ਨਾਲ ਹੜਾਤੀ ਆ ਸਾਰੇ ਅਫਸਰਾਂ ਨੂੰ ਕਹਿੰਦਾ ਵੀ ਇੱਥੇ ਆ ਕੇ ਇੱਕ ਵਾਰ ਮੌਕਾ ਦੇਖ ਲਓ ਜਿੰਨੀਆਂ ਬਿਲਡਿੰਗਾਂ ਬਣੀਆਂ ਜੇ ਬਾਏ ਲਾ ਬਣੀਆਂ ਹੋਣ ਤੇ ਭਾਜੀ ਤੁਸੀਂ ਮੈਨੂੰ ਕਹਿ ਦਿਓ ਸਾਰੀਆਂ ਗੈਰ ਕਾਨੂੰਨੀ ਨੇ ਬਿਲਕੁਲ ਸਹੀ ਗੱਲ ਹੈ ਜੀ ਸਾਰੀਆਂ ਇੱਕ ਮੈਂ ਚਾਹ ਦੇ ਉੱਤੇ ਗੱਲ ਕਰਾਂ ਜੀ ਇੱਕ ਵਾਰੀ ਮੈਂ ਕੋਈ ਕੰਮ ਕਰਾਉਣ ਗਿਆ ਸੀਗਾ ਅਫਸਰ ਕੋਲ ਮੈਂ ਉਹਨੂੰ ਕਿਹਾ ਮਹਾਰਾਜ ਸੇਵਾ ਕਹਿੰਦਾ ਕੋਈ ਲੋੜ ਹੀ ਨਹੀਂ ਕਹਿੰਦਾ ਚਾਹ ਵਾਲੇ ਨੂੰ ਪੈਸੇ ਦੇ ਦਿਓ ਬਸ ਚਾਹ ਦੇ ਪੈਸੇ ਦੇ ਦਿਓ ਜਦੋਂ ਮੈਂ ਚਾਹ ਨੂੰ ਪੈਸੇ ਦੇਣ ਗਿਆ ਹੈ ਤਾਂ ਵੈਸੇ ਚੁਟਕਲਾ ਹੀ ਆ ਜਦੋਂ ਮੈਂ ਚਾਹ ਵਾਲੇ ਨੂੰ ਪੈਸੇ ਦੇਣ ਗਿਆ ਉਹ ਕਹਿੰਦਾ ਜੀ ਦੋ ਕੱਪ ਚਾਹ ਕਿੰਨੇ 3,500 ਰੁਪਇਆ ਬਸ ਬਸ ਜਾਣ ਗਏ ਅੱਛਾ ਜੀ ਉਹ ਕਹਿੰਦਾ ਉਹ ਥਾਣੇਦਾਰ ਸਾਹਿਬ ਦੇ ਇੰਨੀ ਦੇਰ ਦੇ ਚਾਹ ਦੇ ਪੈਸੇ ਬਕਾਇਆ ਨੇ ਤੁਸੀਂ ਦੇਣੇ ਹੋਰ ਕਿੰਨੇ ਦੇਣੇ ਬਿਲਕੁਲ ਬਿਲਕੁਲ ਦੇਣਗੇ ਹਿਸਾਬ ਦਾ ਵੀ ਨਹੀਂ ਲੱਗਦਾ ਸਾਰਾ ਆ ਜਿੰਨੀਆਂ ਬਿਲਡਿੰਗਾਂ ਬਣਦੀਆਂ ਸਾਰਾ ਕਾਨੂੰਨ ਵਗੈਰਾ ਕੋਈ ਨਹੀਂ ਸਰਕਾਰ ਨੇ ਕਾਨੂੰਨ ਮੱਢੇ ਹੋਏ ਲੋਕਾਂ ਦੇ ਮੜੇ ਹੋਏ ਨੇ ਲੋਕਾਂ ਦੇ ਉੱਤੇ ਇਹ ਹਟਾ ਦਿਓ ਕਾਨੂੰਨ ਭਗਵੰਤ ਮਾਨ ਜੀ ਕਾਨੂੰਨ ਦੀ ਕੋਈ ਲੋੜ ਨਹੀਂ ਹੈਗੀ ਭਗਵੰਤ ਮਾਨ ਜੀ ਨੇ ਕੁਛ ਨਹੀਂ ਕਰਨਾ ਜੀ ਸਿਰਫ ਉਹਨਾਂ ਨੇ ਗੱਲਾਂ ਕਰਨੀਆਂ ਪੰਜਾਬ ਦੇ ਪੈਸਿਆਂ ਦੇ ਉੱਪਰ ਉਹ ਹੁਣ ਦੂਜੇ ਸਟੇਟਾਂ 'ਚ ਜਾ ਕੇ ਭਾਸ਼ਣ ਦੇ ਰਹੇ ਨੇ ਉਹਦੇ ਪੈਸੇ ਦੇ ਉੱਤੇ ਉਹ ਹੈਲੀਕਾਪਟਰਾਂ 'ਚ ਸਫ਼ਰ ਕਰ ਰਹੇ ਆ ਅੱਛਾ ਮੋਜਾ ਮੋਜਾ ਬਿਲਕੁਲ ਜੀ ਉਹਦੇ ਪੈਸੇ ਦੇ ਉੱਤੇ ਕੇਜਰੀਵਾਲ ਸਾਹਿਬ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਉਹ ਕੈਂਪੇਨਿੰਗ ਕਰ ਰਹੇ ਆ ਮੋਢਾ ਹੀ ਮੋਜਾ ਇੱਥੇ ਲੋਕਾਂ ਨੂੰ ਗੋਲੀਆਂ ਵੱਜ ਰਹੀਆਂ ਰੋਜ਼ ਪਰਸੋਂ ਜੈਨ ਹੈਗਾ ਮੁੰਡਾ ਜਿਹੜਾ ਉਹ ਪੱਟ 'ਚ ਗੋਲੀ ਮਾਰ ਕੇ ਉਹ ਹਸਪਤਾਲ ਪਿਆ ਉਹਦਾ ਪਤਾ ਲੈਣ ਗਿਆ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਦੱਸੋ ਭਗਵੰਤ ਸਾਹਿਬ ਭਗਵੰਤ ਮਾਨ ਜੀ ਜਦੋਂ ਸਰਕਾਰ 'ਚ ਨਹੀਂ ਸੀ ਅਗਰ ਉਦੋਂ ਗੋਲੀ ਵੱਜਦੀ ਤਾਂ ਹੁਣੇ ਭਗਵੰਤ ਮਾਨ ਸਾਹਿਬ ਉਹਦੇ ਪੈਰਾਂ 'ਚ ਬੈਠੇ ਹੋਣੇ ਸੀਗੇ ਕਿ ਆਹ ਦੇਖੋ ਜੀ ਵੀਰ ਬਾਦਲ ਦੇ ਟਾਈਮ 'ਤੇ ਗੋਲੀਆਂ ਚੱਲ ਰਹੀਆਂ ਜੇ ਹੋ ਰਿਹਾ ਉਹ ਹੋ ਰਿਹਾ ਇਹ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਸਾਡਾ ਤਾਂ ਜਿਹੜਾ ਲਾਅ ਆ ਉਹ ਬੜਾ ਹੀ ਅੰਡਰ ਕੰਟਰੋਲ ਹੈ ਆ ਤ੍ਰਿਭੂਵਨ ਥਾਪਰ ਦਾ ਪਰਸੋਂ ਚੌਥ ਪਟਾਕਿਆਂ ਦਾ ਕਾਰੋਬਾਰ ਹੀ ਆ ਜਿਹੜੇ ਆਪਣਾ ਸੁਖਦੇਵ ਥਾਪੜ ਦੇ ਜਿਹੜੇ ਵੰਸ਼ਜ ਨੇ ਉਹਨਾਂ ਨਾਲ 4-5 ਲੱਖ ਦੀ ਲੁੱਟ ਹੋਈ ਆ
एक ही ड्रामे सरेआम यह काम हो रहा तो और इस तो बाद की हो सकता जी भाजी जी गल कह कानून वगैरह कोई नहीं सरकार वगैरह कोई नहीं आ गई धक्का ही आगे फड़ लिया पुलिस ने धक्के चढ़ जाना तुम्हें पै गए नेता के चक्कर च एम एल ए चक्कर धक्के चढ़ जाना तुम वो चल चलिए ना यार शेरू ना गल करे शेरे रहने अपनी गल कर मेरी बेनती है कैमरामैन साहब उन्होंने भी चाह पिलाईए दो मिनट ली पी लो यार चाह पी लो चलिए फिर आप है।